ਕਿਰਦਾਰ ਸੰਧੂ ਜਿਹੜੇ ਪਿੰਡ ਤੋਂ ਸੀ, ਸਾਨੂੰ ਧੰਨ ਭਾਗ ਆ ਕਿ ਅਸੀਂ ਉਸ ਧਰਤੀ ਉੱਤੇ ਅੱਜ ਖੜੇ ਹਾਂ। ਬਹੁਤ ਬਹੁਤ ਮੁਬਾਰਕਾਂ ਜਗਮੋਹਨ ਸੰਧੂ ਸਾਡਾ ਭਰਾ, ਹੋਰ ਸਾਰੇ ਜਿਹਨੇ ਕਮੇਟੀ ਦੇ ਮੈਂਬਰ ਆ, ਔਰ ਸਾਰਾ ਨਗਰ, ਕਿਉਂਕਿ ਦਰਦਾਰ ਸੰਧੂ ਨੂੰ ਸਾਰੀ ਦੁਨੀਆ ਪਿਆਰ ਕਰਦੀ ਸੀ। ਬਹੁਤ ਸਾਰੇ ਕਲਾਕਾਰ ਅਜੇ ਵੀ ਕੁਛ ਗਾ ਕੇ ਚਲੇ ਗਏ, ਕੁਛ ਸਾਹਮਣੇ ਬੈਠੇ ਆ। ਮੇਰੇ ਭਰਾ ਹਰਮਲਾਪ ਗਿੱਲ ਜੀ, ਜਸਪਾਲ ਮਾਨ ਜੀ, ਬਿੱਟੂ ਖੰਨੇਵਾਲਾ, ਬਲਕਾਰ ਨਖੀਲਾ ਜੀ, ਸਾਰਿਆਂ ਨੇ ਹੋਰ ਵੀ ਹਾਜ਼ਰੀ ਲਾਉਣੀ ਆ। ਬਹੁਤ ਦੂਰੋਂ ਦੂਰੋਂ ਸੰਗਤਾਂ ਪਹੁੰਚੀਆਂ ਹੋਈਆਂ ਜੀ, ਸਾਡੇ ਗੀਤਕਾਰ ਭਰਾ ਪ੍ਰਕਾਸ਼ ਭੂੰਦੜੀ, ਕੁਲਵੰਤ ਕੋਟਮਾਨ, ਉਹ ਵੀ ਪਹੁੰਚੇ ਹੋਏ ਆ। ਕਿਉਂਕਿ ਸਮਾਂ ਬੜਾ ਘੱਟ ਹੁੰਦਾ ਇਹੋ ਜਿਹੇ ਪ੍ਰੋਗਰਾਮਾਂ ਦੇ ਉੱਤੇ, ਪਰ ਮੈਂ ਕਿਉਂਕਿ ਕਲਾਕਾਰ ਦਾ ਇਹ ਅਕੀਦਾ ਹੁੰਦਾ ਕਿ ਧਾਰਮਿਕ ਤੋਂ ਹੀ ਅਸੀਂ ਸ਼ੁਰੂ ਕਰਦੇ ਹਾਂ, ਦੋ ਲਾਈਨਾਂ ਕਹੂੰਗਾ, ਉਸ ਤੋਂ ਬਾਅਦ ਇੱਕ ਦੋ ਗਾਣੇ, ਆਸ ਕਰਦਾ ਤੁਸੀਂ ਕਬੂਲ ਕਰੋਗੇ ਜੀ। ਇੱਧਰ ਜੱਸੀ ਜੀ ਦਾ ਸਾਰਾ ਗਰੁੱਪ ਲੱਗਿਆ ਹੋਇਆ ਜੀ, ਕਿਆ ਬਾਤ ਆ। ਹਾਂਜੀ ਠੀਕ ਹੈ ਜੀ। ਸੁਣੀ ਫਰਿਆਦ ਪੀਰਾਂ ਦੇ ਆ ਪੀਰਾ, ਮੈਂ ਆਖ ਸੁਣਾਵਾਂ ਕਿਨੂੰ, ਤੈਂ ਜਿਹਾ ਮੈਨੂੰ ਹੋਰ ਨਾ ਕੋਈ ਦਾਤਾ, ਤੇ ਮੈਂ ਜਈਆਂ ਲੱਖ ਤੈਨੂੰ ਫੋਲਨਾ ਕਾਗਜ਼ ਬਦੀਆਂ ਵਾਲੇ, ਤਰ ਤੋਂ ਧੱਕਣਾ ਮੈਨੂੰ ਜੇ ਮੈਂ ਵਿੱਚ ਐਬ ਗੁਨਾਹ ਨਾ ਹੁੰਦੇ ਦਾਤਾ, ਤੂੰ ਬਖਸ਼ੇਂਦੋ ਕੀਨੂੰ ਜੇ ਮੈਂ ਵਿੱਚ ਐਬ ਗੁਨਾਹ ਨਾ ਹੁੰਦੇ, ਦਾਤਾ ਤੂੰ ਬਖਸ਼ੇਂਦੋ ਕੀਨੂੰ। ਕਿਉਂਕਿ ਸਾਡੇ ਗੁਰੂਆਂ ਨੇ, ਪੀਰਾਂ ਨੇ ਸਾਡੇ ਵਾਸਤੇ ਇੰਨੀਆਂ ਕੁਰਬਾਨੀਆਂ ਕੀਤੀਆਂ, ਅੱਜ ਉਹਨਾਂ ਸਦਕਾ ਹੀ ਇਹ ਏਡੇ ਏਡੇ ਵੱਡੇ ਮੇਲੇ ਲੱਗਦੇ ਆ, ਇਹ ਜਿਹੜੇ ਉਰਸ ਮਨਾਏ ਜਾਂਦੇ ਆ। ਮੈਂ ਦੋ ਸ਼ਬਦ ਸਿੱਖ ਧਰਮ ਚੋਂ ਕਹੂੰਗਾ, ਆਸ ਕਰਦਾ ਤੁਸੀਂ ਕਬੂਲ ਕਰੋਗੇ। ਹਾਂਜੀ, ਨੌਵੇਂ ਗੁਰਾਂ ਦਾ ਕੱਟਿਆ ਅਸੀਸ ਦਿੱਲੀ, ਨੌਵੇਂ ਗੁਰਾਂ ਦਾ ਕੱਟਿਆ ਅਸੀਸ ਦਿੱਲੀ, ਲੱਗੇ ਪਹਿਰਿਆਂ ਤੋਂ ਲੈ ਗਏ ਤਾਂ ਅਸੀਂ ਲੈ ਗਏ, ਜਦੋਂ ਹਾਥੀ ਦੇ ਨਾਲ ਟਕਰਾਇਆ ਸਾਨੂੰ, ਟੁੱਟ ਕੇ ਹਾਥੀ ਨੂੰ ਪੈ ਗਏ ਤਾਂ ਅਸੀਂ ਪੈ ਗਏ, ਭਾਈ ਡੱਲੇ ਦੀ ਪਰਖੀ ਜਦ ਰਫਲ ਗੁਰਾਂ ਨੇ, ਭਾਈ ਡੱਲੇ ਦੀ ਪਰਖੀ ਜਦ ਰਫਲ ਗੁਰਾਂ ਨੇ, ਮੂਰੇ ਖੜੇ ਜੇ ਖੜੇ ਬਸ ਅਸੀਂ ਰਹਿ ਗਏ, ਕਿਹਾ ਪਾਤਸ਼ਾਹ ਨਿਕਲ ਜਾਓ ਗਲੀ ਵਿੱਚੋਂ, ਇੰਨੀ ਗੱਲ ਜੇ ਕਹਿ ਗਏ ਤਾਂ ਅਸੀਂ ਕਹਿ ਗਏ, ਇੰਨੀ ਗੱਲ ਜੇ ਕਹਿ ਗਏ ਤਾਂ ਅਸੀਂ ਕਹਿ ਗਏ। ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਜਿਨ੍ਹਾਂ ਨੂੰ ਸੂਬਾ ਸਰਹੰਦ ਨੇ ਜਿਉਂਦੇ ਨੀਹਾਂ ਦੇ ਵਿੱਚ ਚੜਾ ਦਿੱਤਾ ਸੀ, ਉਸ ਵੇਲੇ ਦੀ ਰਚਨਾ ਸਾਡੀ ਕੈਸਟ ਆਈ ਸੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਛੋਟੇ ਸਾਹਿਬਜ਼ਾਦੇ ਨੀਹਾਂ 'ਚ ਖੜੋ ਕੇ ਕਿਵੇਂ ਫਤਿਹ ਦੇ ਜੈਕਾਰੇ ਲਾਉਂਦੇ ਆ। ਹਾਂਜੀ, ਜ਼ੋਰਾਵਰ ਤੇ ਫਤਿਹ ਸਿੰਘ ਜੀ ਨੀਹਾਂ ਵਿੱਚ ਖੜੋਤੇ, ਇਹ ਬਾਤ
ਜ਼ੋਰਾਵਰ ਤੇ ਫਤਿਹ ਸਿੰਘ ਜੀ ਨੀਹਾਂ ਵਿੱਚ ਖੜੋਤੇ, ਲਾਲ ਗੁਰੂ ਦਸ਼ਮੇਸ਼ ਦੇ ਉਹ ਮਾਂ ਗੁਜਰੀ ਦੇ ਪੋਤੇ, ਲਾਲ ਗੁਰੂ ਦਸ਼ਮੇਸ਼ ਦੇ ਉਹ ਮਾਂ ਗੁਜਰੀ ਦੇ ਪੋਤੇ, ਨੀਹਾਂ ਵਿੱਚ ਜੈਕਾਰੇ ਲਾਉਂਦੇ ਖੜੇ ਸੂਰਮੇ ਡੰਡੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸੱਚ ਦੇ ਪਹਿਰਾ ਦੇਣਾ ਤੂੰ ਕਰਦਾ ਬੇਈਮਾਨੀ, ਅਸੀਂ ਸੱਚ ਦੇ ਪਹਿਰਾ ਦੇਣਾ ਤੂੰ ਕਰਦਾ ਬੇਈਮਾਨੀ, ਸਾਡੇ ਦਾਦਾ ਜੀ ਨੇ ਦਿੱਤੀ ਦਿੱਲੀ ਵਿੱਚ ਕੁਰਬਾਨੀ, ਓਏ ਅਸੀਂ ਸੱਚ ਦੇ ਪਹਿਰਾ ਦੇਣਾ ਤੂੰ ਕਰਦਾ ਬੇਈਮਾਨੀ, ਸਾਡੇ ਦਾਦਾ ਜੀ ਨੇ ਦਿੱਤੀ ਦਿੱਲੀ ਵਿੱਚ ਕੁਰਬਾਨੀ, ਨਹੀਂ ਉਹ ਡਰਦੇ ਅਸੀਂ ਜ਼ਾਲਮਾਂ ਸੀਸ ਕਦੇ ਨਾ ਕਦੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਸਕੇ ਕਰ ਗਿਆ ਸੀ ਕੁਰਬਾਨੀ ਯੋਧੇ ਉਹ ਬਲਕਾਰੀ, ਅੰਬਰ ਸੀ ਫੁਲ ਸ਼ਮ ਸ਼ਮ ਰੋਇਆ ਧਰਤੀ ਨੇ ਧਾਹ ਮਾਰੀ, ਹਸਕੇ ਕਰ ਗਏ ਸੀ ਕੁਰਬਾਨੀ ਯੋਧੇ ਉਹ ਬਲਕਾਰੀ, ਅੰਬਰ ਸੀ ਫਿਰ ਸ਼ਮ ਸ਼ਮ ਰੋਇਆ ਧਰਤੀ ਨੇ ਧਾਹ ਮਾਰੀ, ਜ਼ੁਲਮ ਕਮਾਉਂਦੇ ਜ਼ਾਲਮ ਦੇ ਹਾਏ ਕਿਉਂ ਨਾ ਕਾਲ ਜੇ ਫਟੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਸਾਰਾ ਮਾਣ ਸਤਿਕਾਰ ਸੰਗਤ ਵੱਲੋਂ ਆਇਆ। ਜਗਦੇਵ ਟੈਣਾ ਜੀ ਪੂਰੀ ਟੀਮ ਨਾਲ ਬੈਠੇ ਆ, ਭਾਵੇਂ ਪਿੱਛ ਕਰਕੇ ਬੈਠੇ ਆ, ਪਛਾਣ ਆ ਜਾਂਦੀ ਹੁੰਦੀ ਆ ਵੈਸੇ, ਹੈਂਜੀ ਠੀਕ ਹੈ ਜੀ, ਥੈਂਕ ਯੂ, ਕਿਉਂਕਿ ਸਮਾਂ ਵੀ ਹੁਣ ਕਾਫੀ ਹੋਇਆ ਹੋਇਆ ਅਤੇ ਦੁਕਾਨਿਆਂ ਦੀ ਵੀ ਸਾਰਿਆਂ ਨੂੰ ਆਸ ਹੋਣੀ ਆ, ਕਿਉਂਕਿ ਜਦੋਂ ਅਸੀਂ ਆਈ ਦਾ ਭਾਈ ਸਟੇਜ ਦੇ ਅਗਲਾ ਕਹਿੰਦਾ ਵੀ ਦੁਕਾਨੇ ਸ਼ੁਰੂ ਕਰੋ ਤੁਸੀਂ, ਹੈਨਾ ਵੀ ਇਹ ਤਾਂ ਤੁਸੀਂ ਹੋਰ ਹੀ ਪਾਸੇ ਨੂੰ ਲੈ ਕੇ ਤੁਰ ਪਏ ਕੰਮ, ਸੋ ਦੁਕਾਨੇ ਸ਼ੁਰੂ ਕਰਦੇ ਹਾਂ, ਆਸ ਕਰਦਾ ਤੁਸੀਂ ਕਬੂਲ ਕਰੋਗੇ। ਆਓ ਮੈਡਮ ਰੈਨੂ ਰਣਜੀਤ ਜੀ, ਹੈਪੀ ਦੇਵ ਜੀ, ਸਰਪੰਚ ਸਾਹਿਬ ਬੈਠੇ ਆ ਪਰਿਵਾਰ ਵਾਲੇ, ਕਿਉਂਕਿ ਮੈਂ ਪਹਿਲਾਂ ਹੀ ਬਿੱਟੂ ਭਾਜੀ ਨੂੰ ਕਹੀ ਜਾਂਦਾ ਸੀਗਾ ਬਈ ਇਹ ਜਿਹੜੇ ਮੇਲੇ ਆ ਇਹ ਅਸਲੀ ਮੇਲੇ ਆ, ਕਿਉਂ ਅਸੀਂ ਲੋਕ ਰੋਜ਼ ਮੇਲੇ ਲਾਉਂਦੇ ਹਾਂ, ਪਰ ਇੱਥੇ ਮੇਲੇ ਹੁੰਦੇ ਆ ਸਾਰੇ ਕਲਾਕਾਰਾਂ ਦੇ, ਗੀਤਕਾਰਾਂ ਦੇ, ਸੰਗੀਤਕਾਰਾਂ ਦੇ, ਜਿਹੜੇ ਲੋਕ ਸਾਨੂੰ ਪੇਸ਼ ਕਰਦੇ ਆ ਉਹਨਾਂ ਦੇ ਸਾਰਿਆਂ ਦੇ ਮੇਲੇ ਹੁੰਦੇ ਆ, ਇਹ ਅਸਲੀ ਮੇਲਾ ਹੁੰਦਾ। ਜਗਮੋਹਨ ਸੰਧੂ ਬਾਈ ਜੀ ਵਧਾਈ ਦੇ ਪਾਤਰ ਆ ਕਿ ਉਹਨਾਂ ਨੇ ਇੰਨੇ ਸਾਲਾਂ ਤੋਂ, ਮੇਰੇ ਖਿਆਲ ਪਹਿਲਾਂ 92-93 ਦੇ ਵਿੱਚ ਮੈਂ ਵੀ ਇਸ ਮੇਲੇ 'ਤੇ ਆਇਆ, ਉਸ ਤੋਂ ਬਾਅਦ 97-98 'ਚ ਵੀ ਆਏ ਆ, ਕਹਿੰਦੇ ਭਾਈ ਤੁਸੀਂ 2000 'ਚ ਨਹੀਂ ਆਏ, ਮੈਂ ਕਿਹਾ ਹੁਣ 2000 ਚੱਲਦਾ ਅਜੇ ਮੁੱਕਿਆ ਨੀਗਾ,
ਸੋ ਹਾਜ਼ਰੀ ਕਬੂਲ ਕਰੋ ਬਾਈ ਪ੍ਰਕਾਸ਼ ਭੁੰਡੜੀ ਜੀ, ਇਹਨਾਂ ਦਾ ਗਾਣਾ ਵੀ ਮੈਂ ਗਾਇਆ, ਕੈਪਟਨ ਜਸਪਾਲ ਜੀ, ਜਗਤਾਰ ਸਿੰਘ ਜੀ, ਹਾਂਜੀ ਹਾਂਜੀ, ਮੌਜੀ, ਇਹ ਬੜਾ ਮੌਜੀ ਬੰਦਾ ਸਾਡਾ। ਮੈਂ ਪਹਿਲਾਂ ਕਿਹਾ ਨਾ ਮੇਲੇ ਹੁੰਦੇ ਆ ਇੱਥੇ ਗੀਤਕਾਰਾਂ ਦੇ, ਸੰਗੀਤਕਾਰਾਂ ਦੇ, ਕਲਾਕਾਰਾਂ ਦੇ। ਸੋ ਜਿਹੜਾ ਗੀਤ ਪਾਰਟੀ ਕਸਰ ਤੁਸੀਂ ਬਹੁਤ ਸੁਣੀ ਆ ਮੇਰੇ ਵੱਲੋਂ ਫੁੱਲ ਪਾਰਟੀ ਦੇ ਕੁੜੀਆਂ ਨੂੰ, ਉਹਦਾ ਇੱਕ ਗੀਤ ਸਭ ਤੋਂ ਪਹਿਲਾਂ ਸੀ ਪੇਪਰਾਂ ਵਾਲਾ ਗੀਤ ਚੈਨਲ ਉੱਤੇ ਲਾਇਆ ਸੀ, ਉਹੀ ਸ਼ੁਰੂ ਕਰਦੇ ਹਾਂ, ਕਰੀਏ ਸ਼ੁਰੂ ਫਿਰ। ਪਹਿਲਾਂ ਇਹ ਦੱਸ ਪੇਪਰ ਕਿਵੇਂ ਹੋਇਆ ਅੱਜ? ਵਧੀਆ ਹੋਇਆ, ਠੀਕ ਆ ਠੀਕ ਆ। ਚਿਹਰੇ ਤੇ ਰੌਣਕ ਜੀ ਤਾਂ ਹੈਗੀ, ਮਾੜੀ ਮੋਟੀ ਲੱਗਦਾ ਪੇਪਰ ਵਧੀਆ ਹੋਇਆ ਹੋਣਾ। ਪੇਪਰ ਵਧੀਆ ਹੋਇਆ, ਪਰ ਪਹਿਲਾਂ ਸਾਰੇ ਬੰਦੇ ਕਹਿੰਦੇ ਹੁੰਦੇ ਪੇਪਰ ਬੜਾ ਵਧੀਆ ਹੋਇਆ, ਜਦੋਂ ਆਉਂਦੀ ਆ ਨਾ 31 ਮਾਰਚ ਨਤੀਜੇ ਵਾਲਾ ਦਿਨ, ਪਤਾ ਉਦੋਂ ਲੱਗਦਾ ਪੇਪਰ ਕਿਹੋ ਜਿਹਾ ਹੋਇਆ ਸੀ। ਜਦੋਂ ਅਖੀਰਲਾ ਪੇਪਰ ਆ ਤੇ ਮੁਟਿਆਰ ਗੱਭਰੂ ਦੇ ਕੋਲੇ ਆ ਕੇ ਹੌਲੀ ਕੀ ਕਹਿੰਦੀ ਆ, ਕਿਉਂਕਿ ਪੇਪਰਾਂ ਤੋਂ ਬਾਅਦ ਫਿਰ ਵਿਛੋੜੇ ਪੈ ਜਾਂਦੇ ਆ, ਠੀਕ ਆ ਜੀ, ਉਹ ਕੀ ਕਹਿੰਦੀ ਆ ਤੇ ਅੱਗੋਂ ਕੀ ਜਵਾਬ ਦਿੰਦਾ। ਹਾਂਜੀ ਅਸੀਂ ਕਹਿ ਰਹੀਆਂ ਫਿਰ ਭੁਜਾਨ ਗੱਡੀ ਜਾਂਦਾ ਮੇਰੀ ਤੇਰਾ ਵੇ ਪਿਆਰ, ਮੇਰੀ ਤੇਰਾ ਵੇ ਪਿਆਰ, ਚਾਰ ਕੱਢੀ ਜਾਂਦਾ ਮੇਰੀ ਤੇਰਾ ਵੇ ਪਿਆਰ, ਚਾਰ ਕੱਢੀ ਜਾਂਦਾ ਮੇਰੀ ਤੇਰਾ ਵੇ ਪਿਆਰ, ਤੈਨੂੰ ਸੱਚੇ ਦਿਲ ਸੋਹਣਿਆ ਕਿਹਾ, ਪੇਪਰਾਂ ਤੋਂ ਬਾਅਦ ਕਿਵੇਂ ਮਿਲਿਆ ਕਰਾਂਗੇ ਇਸ ਗੱਲ ਦਾ ਹੀ ਫਿਕਰ, ਪੇਪਰਾਂ ਤੋਂ ਬਾਅਦ ਕਿਵੇਂ ਮਿਲਿਆ ਕਰਾਂਗੇ ਇਸ ਗੱਲ ਦਾ ਹੀ ਫਿਕਰ ਪਿਆਰ, ਆਪੇ ਕੋਈ ਲੱਭ ਜੂਗਾ ਹੌਲੀ ਹੌਲੀ ਹੱਲ, ਆਪੇ ਕੋਈ ਲੱਭ ਜੂਗਾ ਹੌਲੀ ਹੌਲੀ ਹੱਲ, ਆਪੇ ਕੋਈ ਲੱਭ ਜੂਗਾ ਹੌਲੀ ਹੌਲੀ ਹੱਲ, ਸਾਡੇ ਕੋਲ ਕੀ ਸਕੀਮਾਂ ਥੋੜੀਆਂ, ਸੱਚਿਆਂ ਦਿਲਾਂ ਨੂੰ ਰੱਬ ਆਪੇ ਮਿਲਦਾ ਨੀ ਚੰਨੋ ਦੇ ਉੱਤੇ ਰੱਖ ਡੋਰੀਆਂ, ਸੱਚਿਆਂ ਦਿਲਾਂ ਨੂੰ ਰੱਬ ਆਪੇ ਮਿਲਦਾ ਨੀ ਚੰਨੋ ਦੇ ਉੱਤੇ ਰੱਖ ਡੋਰੀਆਂ, ਚਾਰ ਕੱਢੀ ਜਾਂਦਾ ਮੇਰੀ ਤੇਰਾ ਵੇ ਪਿਆਰ, ਚਾਰ ਕੱਢੀ ਜਾਂਦਾ ਮੇਰੀ ਤੇਰਾ ਵੇ ਪਿਆਰ, ਚਾਰ ਕੱਢੀ ਜਾਂਦਾ ਮੇਰੀ ਤੇਰਾ ਵੇ ਪਿਆਰ, ਸੱਚੇ ਦਿਲ ਥੋੜਿਆ ਕਿਹਾ, ਪੇਪਰਾਂ ਤੋਂ ਬਾਅਦ ਕਿਵੇਂ ਮਿਲਿਆ ਕਰਾਂਗੇ ਇਸ ਗੱਲ ਦਾ ਹੀ ਫਿਕਰ, ਪੇਪਰਾਂ ਤੋਂ ਬਾਅਦ ਕਿਵੇਂ ਮਿਲਿਆ ਕਰਾਂਗੇ ਇਸ ਗੱਲ ਦਾ ਹੀ ਫਿਕਰ ਪਿਆਰ, ਆਪੇ ਕੋਈ ਲੱਭ ਜੂਗਾ ਹੌਲੀ ਹੌਲੀ ਹੱਲ, ਆਪੇ ਕੋਈ ਲੱਭ ਜੂਗਾ ਹੌਲੀ ਹੌਲੀ ਹੱਲ, ਸਾਡੇ ਕੋਲ ਕੀ ਸਕੀਮਾਂ ਥੋੜੀਆਂ, ਸੱਚਿਆਂ ਦਿਲਾਂ ਨੂੰ ਰੱਬ ਆਪੇ ਮਿਲਦਾ ਨੀ ਚੰਨੋ ਦੇ ਉੱਤੇ ਰੱਖ ਡੋਰੀਆਂ, ਸੱਚਿਆਂ ਦਿਲਾਂ ਨੂੰ ਬਾਬਾ ਆਪੇ ਮਿਲਦਾ ਨੀ ਚੰਨੋ ਦੇ ਉੱਤੇ ਛੱਡਦੇ, ਲੱਗਣਾ ਨੀ ਚਿੱਤ ਵੇ ਮਿਲਦੇ ਹੁੰਦੇ ਸੀ ਅੱਗੇ ਆਪਾਂ ਨਿੱਤ ਵੇ, ਤੇਰੇ ਬਿਨਾਂ ਮੇਰਾ ਲੱਗਣਾ ਨੀ ਚਿੱਤ ਵੇ ਮਿਲਦੇ ਹੁੰਦੇ ਸੀ ਅੱਗੇ ਆਪਾਂ ਨਿੱਤ ਵੇ, ਰੱਬ ਦੀ ਸਮਰ ਚੁੰਗੀ ਮੈਂ ਤਾਂ ਕੁਝ ਖਾਣਾ ਨਾ, ਰੱਬ ਦੀ ਸਮਰ ਚੁੰਗੀ ਮੈਂ ਤਾਂ ਕੁਝ ਖਾਣਾ, ਸੋਹਣੇ ਅੱਜ ਧੋਖਾ ਦੇ ਗਿਆ, ਪੇਪਰਾਂ ਤੋਂ ਬਾਅਦ ਕਿਵੇਂ ਮਿਲਿਆ ਕਰਾਂਗੇ ਇਸ ਗੱਲ ਦਾ ਹੀ ਫਿਕਰ, ਪੇਪਰਾਂ ਤੋਂ ਬਾਅਦ ਕਿਵੇਂ ਮਿਲਿਆ ਕਰਾਂਗੇ ਇਸ ਗੱਲ ਦਾ ਹੀ ਫਿਕਰ ਪਿਆ,
ਧੱਪ ਦੇ ਗਲੇ ਜੇ ਠੰਡ ਪਾ ਜਿਆ ਕਰੀ ਸੈਰ ਦੇ ਬਹਾਨੇ ਨੀ ਪਿਆ ਜਿਆ ਕਰੀ ਧੱਪ ਦੇ ਗਲੇ ਜੇ ਠੰਡ ਪਾ ਜਿਆ ਕਰੀ ਫੁੱਲ ਜੇ ਦਾ ਭੇਦ ਅੰਨਾ ਹੁੰਦਾ ਏ ਇਸ਼ਕ ਫੁੱਲ ਜੇ ਦਾ ਭੇਦ ਅੰਨਾ ਹੁੰਦਾ ਏ ਇਸ਼ਕ ਇਹੋ ਪਿਆਰ ਦੀਆਂ ਕਮਜ਼ੋਰੀਆਂ ਸੱਤਿਆਂ ਦੀ ਲਾਲੂ ਰੱਬ ਆਪੇ ਮਿਲਦਾ ਨੀ ਜਾਨੂੰ ਉਹਦੇ ਉੱਤੇ ਰੱਖ ਡੋਰੀਆਂ ਪਿਆਰ ਦੀ ਗੱਲ ਆ ਇਹ ਪਿਆਰ ਚੱਲਿਆ ਆ ਮੁੱਲ ਕਦੀਮੋ ਇਹ ਚੱਲਦਾ ਰਹਿਣਾ ਪਰ ਜਿਹੜੀ ਆ ਘਰੋਂ ਭੱਜਣ ਭਜਾਉਣ ਵਾਲੀ ਗੱਲ ਨਾ ਇਹ ਸਾਡੇ ਮਾਸਕ ਨਹੀਂ ਜਿਹੜਾ ਕਿੰਨੇ ਸਿਆਣੇ ਲੋਕ ਬੈਠੇ ਆ ਬਹੁਤ ਵਧੀਆ ਹੁਣ ਤਾਂ ਕਰੀਮ ਬੈਠੀ ਆ ਪੰਜਾਬ ਦੀ ਕਰੀਮ ਜਿਹੜੀ ਆਉਡੀਅੰਸ ਆ ਉਹ ਬੈਠੀ ਆ ਉਹ ਪਿੱਛੇ ਬੈਠਾ ਬਾਪੂ ਜੀ ਖੋਡਾ ਫੜਿਆ ਹੱਥ ਦੇ ਵਿੱਚ ਜਿਹੜਾ ਬੰਦਾ ਇਹੋ ਜਿਹੇ ਕੰਮ ਕਰਦਾ ਉਹਦੇ ਮੋਹਰਾਂ ਦੇ ਬਹੁਤ ਪਿੰਡ ਆਈਏ ਠੁੰਡੇ ਫਿਰ ਇਸ ਕਰਕੇ ਬਾਈ ਨੇ ਇੱਕ ਬੜੀ ਸੋਹਣੀ ਗੱਲ ਲਿਖੀ ਆ ਕੀ ਲਿਖਿਆ ਬਈ ਹਾਂ ਇਹ ਨਾ ਕਰਦੇ ਆਖੀ ਗੱਲ ਰੱਖੀ ਯਾਦ ਨੀ ਮਾਪਿਆਂ ਦਾ ਲੈਣਾ ਇਹ ਆਸ਼ੀਰਵਾਦ ਨੀ ਘਰੋਂ ਭੱਜ ਕੇ ਲਾ 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 ਭੱਜ ਕੇ ਕਰਾਏ ਵਿਆਹ ਨੀ ਵਧੇ ਨੀ ਹੁੰਦੇ ਭੱਜ ਕੇ ਕਰਾਏ ਵਿਆਹ ਨੀ ਵਧੇ ਨੀ ਹੁੰਦੇ ਸੁਣ ਪੂਰੀ ਦੀਆਂ ਗੱਲਾਂ ਕੋਹਰੀਆਂ ਸੱਤਿਆਂ ਦਿਲਾਂ ਨੂੰ ਆਪੇ ਆਪ ਮਿਲਦਾ ਨੀ ਚੰਨੋ ਦੇ ਉੱਤੇ ਰੱਖ ਡੋਰੀਆਂ ਸੱਤਿਆਂ ਦਿਲਾਂ ਨੂੰ ਆਪੇ ਆਪੇ ਮਿਲਦਾ ਨੀ ਚੰਨੋ ਦੇ ਉੱਤੇ ਰੱਖ ਡੋਰੀਆਂ ਥੈਂਕ ਯੂ ਜੀ ਥੈਂਕ ਯੂ ਮਿਹਰਬਾਨੀ ਸਰ ਅਸ਼ੋਕ ਬੰਸਲ ਮਾਨਸਾ ਜੀ ਤੁਹਾਡੇ ਨਾਲ ਦੋ ਮਿੰਟ ਗੱਲ ਕਰਨਗੇ ਸਰਦਾਰ ਸੰਧੂ ਜੀ ਬਾਰੇ ਡੈਡੀ ਬਾਰੇ ਬੜੀ ਦੇਰ ਪਹੁੰਚੇ ਹੋਏ ਆ ਕਿਉਂਕਿ ਇਹ ਸੁਰਾਂ ਦਾ ਮਾਮਲਾ
ਜੇ ਮਾੜਾ ਨਾ ਗੜਬੜ ਹੋ ਜਾਏ ਨਾ, ਭਾਵੇਂ ਕਿਸੇ ਨੂੰ ਨਾ ਪਤਾ ਲੱਗੇ, ਪਰ ਅਗਲਾ ਕਹਿੰਦਾ ਸਵਾਦ ਨਹੀਂ ਆਉਂਦਾ। ਇਸ ਕਰਕੇ ਆ ਜੱਸੀ ਬਾਈ ਜੀ ਨਾਲ ਦੀ ਨਾਲ ਹੀ ਪਹਿਲਾਂ ਹੀ ਸੁਰ ਦੇ ਨਾਲ ਸੁਰ ਬਣਾਉਂਦੇ ਆ, ਠੀਕ ਹੈ ਜੀ। ਸੋ ਜਿਹੜੇ ਗੀਤ ਦੀ ਸਾਡੇ ਤੋਂ ਸਭ ਨੂੰ ਆਸ ਹੁੰਦੀ ਆ, ਕਿਉਂਕਿ ਜਦੋਂ ਅਸੀਂ ਸਟੇਜ 'ਤੇ ਆਈਦਾ ਨਾ, ਅਗਲਾ ਕਹਿੰਦਾ ਕਮੈਨਾ ਵਾਲੇ ਬੰਦੇ ਆ ਗਏ, ਨਾਲੇ ਜਿਹੜੇ ਸਾਹਮਣੇ ਬੈਠੇ ਆ ਇਹ ਸਾਰੇ ਅਸਲੀ ਕਮੈਨਾ ਵਾਲੇ ਆ, ਅਤੇ ਸਾਡੇ ਕੋਲ ਹੁੰਦੀਆਂ ਨਕਲੀ ਕਮੈਨਾ ਟੀ ਵੀ ਵਾਲੀਆਂ, ਠੀਕ ਹੈ ਜੀ। ਸੋ ਜੱਟ ਦੇ ਪੋਤਾ ਨਵਾਂ ਨਵਾਂ ਵਿਆਹ ਹੋਇਆ ਅਤੇ ਨਵੀਂ ਨਵੀਂ ਉਹਨੇ ਕਮੈਨ ਲਈ ਆ, ਅਤੇ ਆਪ ਸਾਰਾ ਦਿਨ ਜਾ ਕੇ ਕਮੈਨ ਉੱਤੇ ਬੈਠਾ ਰਹਿੰਦਾ। ਜਦੋਂ ਸ਼ਾਮ ਨੂੰ ਘਰੇ ਮੁੜਦਾ ਫਿਰ ਕਲਾਸ ਲੱਗਦੀ ਆ, ਨਾਲੇ ਜਦੋਂ ਨਵਾਂ ਨਵਾਂ ਵਿਆਹ ਹੋਇਆ ਹੁੰਦਾ ਨਾ ਉਦੋਂ ਇਹ ਪੰਗਾ ਜ਼ਿਆਦਾ ਹੁੰਦਾ। ਕਹਿੰਦੀ ਸਾਰਾ ਦਿਨ ਤੇਰਾ ਲੰਘਦਾ ਕਮੈਨ ਤੇ ਕਿਵੇਂ ਸੋਹਣਿਆ, ਕਹਿੰਦਾ ਬਾਹਲੀ ਔਖੀ ਹੁੰਦੀ ਆ ਕਮਾਈ ਜੱਟ ਦੀ ਨੀ ਬਿੱਲੋ ਰਾਣੀਏ। ਸੋ ਉਹੀ ਗੱਲਾਂ ਪੇਸ਼ ਕਰਦੇ ਹਾਂ, ਠੀਕ ਹੈ ਜੀ। ਸੁਣ ਦੀ ਲਦਾਰਾ ਲੱਗੇ ਜਾਣ ਤੋਂ ਪਿਆਰਾ ਮੇਰੀਏ ਨੀ ਜਾਣੇ ਗੱਲ ਸੁਣ ਲੈ ਰਕਾਨੇ, ਮੇਰੀਏ ਨੀ ਜਾਣੇ ਸੁਣ ਲੈ ਰਕਾਨੇ, ਮੇਰੀਏ ਨੀ ਜਾਣੇ ਗੱਲ ਸੁਣ ਲੈ ਰਕਾਨੇ, ਮੇਰੀਏ ਨੀ ਜਾਣੇ ਗੱਲ ਸੁਣ ਲੈ ਰਕਾਨੇ। ਦੇਖ ਜੱਟ ਦੀ ਕਮੈਨ ਜਾਂਦੀ, ਉਹ ਜੱਟ ਦੀ ਕਮੈਨ ਜਾਂਦੀ, ਜੱਟ ਦੀ ਕਮੈਨ ਜਾਂਦੀ, ਧੂਆ ਪੱਟਦੀ ਨੀ ਬਿੱਲੋ ਰਾਣੀਏ। ਬੜੀ ਔਖੀ ਹੁੰਦੀ ਆ ਕਮਾਈ ਜੱਟ ਦੀ ਨੀ ਸੋਹਣੀਏ, ਬੜੀ ਔਖੀ ਹੁੰਦੀ ਆ ਕਮਾਈ ਕੱਢਦੀ ਨੀ ਬਿੱਲੋ ਰਾਣੀਏ। ਸੁਣ ਦਿਲ ਦਰ ਲੱਗ ਜਾਣ ਤੋਂ ਪਿਆਰਾ, ਸੁਣ ਦਿਲ ਦਰ ਲੱਗ ਜਾਣ ਤੋਂ ਪਿਆਰਾ, ਤੇਰੀ ਦੀਦ ਦੇ ਪਿਆਸੇ ਤਾਂ ਦੇ ਤੇ ਨੈਣ ਵੇਖ ਮੈਂ ਸੋਹਣੇ, ਸਾਰਾ ਦਿਨ ਤੇਰਾ ਲੱਗ ਗਿਆ ਕਮੈਨ ਦੇਖ ਮੈਂ ਸੋਹਣੇ, ਸਾਰਾ ਦਿਨ ਤੇਰਾ ਲੱਗ ਗਿਆ ਕਮੈਨ ਦੇਖ ਮੈਂ ਸੋਹਣੇ। ਮੇਰੀਏ ਨੀ ਜਾਣੇ ਗੱਲ ਸੁਣ ਲੈ ਰਕਾਨੇ, ਮੇਰੀਏ ਨੀ ਜਾਣੇ ਗੱਲ ਸੁਣ ਲੈ ਰਕਾਨੇ। ਦੇਖ ਜੱਟ ਦੀ ਕਮੈਨ ਜਾਂਦੀ, ਧੂਲਾ ਪੱਟਦੀ ਨੀ ਬਿੱਲੋ ਰਾਣੀਏ। ਔਖੀ ਹੁੰਦੀ ਆ ਕਮਾਈ ਜੱਟਦੀ ਨੀ ਸੋਹਣੀਏ, ਬੜੀ ਔਖੀ ਹੁੰਦੀ ਆ ਕਮਾਈ ਜੱਟਦੀ ਨੀ ਬਿੱਲੋ ਰਾਣੀਏ। ਜਦੋਂ ਡਿੱਗੀ ਦਾ ਮੰਜੇ ਤੇ ਥੱਕ ਹਾਰ ਕੇ, ਉਹ ਜੱਟ ਸ਼ਾਮ ਨੂੰ ਲੰਡੂ ਜਾ ਪੈਗ ਮਾਰ ਕੇ, ਜਦੋਂ ਡਿੱਗੀ ਦਾ ਮੰਜੇ ਤੇ ਥੱਕ ਹਾਰ ਕੇ, ਜੱਟ ਸ਼ਾਮ ਨੂੰ ਲੰਡੂ ਜਾ ਪੈਗ ਮਾਰ ਕੇ। ਬਸ ਇਹੋ ਇੱਕ ਹੁੰਦੀ ਹੈ ਨੀ, ਇਹੋ ਇੱਕ ਹੁੰਦੀ ਹੈ, ਇਹੋ ਇੱਕ ਹੁੰਦੀ ਹੈ ਦਵਾਈ ਜੱਟ ਦੀ ਨੀ ਬਿੱਲੋ ਰਾਣੀਏ। ਬੜੀ ਔਖੀ ਹੁੰਦੀ ਹੈ ਕਮਾਈ ਜੱਟ ਦੀ ਨੀ ਸੋਹਣੀਏ, ਬੜੀ ਔਖੀ ਹੁੰਦੀ ਹੈ ਕਮਾਈ ਜੱਟ ਦੀ ਨੀ ਬਿੱਲੋ ਰਾਣੀਏ।
ਤਾਂ ਤੈਨੂੰ ਸਾਰੇ ਲੋਕ ਕਹਿਣਗੇ ਕਿ ਮੈਂ ਸੋਹਣੇ ਸਾਰਾ ਦਿਨ ਤੇਰਾ ਲੱਗਦਾ ਕੰਬੈਨ ਤੇ ਕਿ ਮੈਂ ਸੋਹਣੇ ਸਾਰਾ ਦਿਨ ਤੇਰਾ ਲੱਗਦਾ ਕੰਬੈਨ ਤੇ ਕਿ ਮੈਂ ਸੋਹਣੇ ਹੁਣ ਭਗਤੇ ਵਾਲੇ ਦੇ ਲਿਖ ਗੀਤ ਨੀ ਸੱਚੀ ਹੱਸ ਖੇਡ ਦਿਨ ਜਾਂਦਾ ਬੀਤ ਨੀ ਭਗਤੇ ਵਾਲੇ ਦੇ ਲਿਖੇ ਗੀਤ ਨੀ ਸੱਚੀ ਹੱਸ ਖੇਡਦੀ ਨਾ ਜਾਂਦਾ ਬੀਤ ਨੀ ਪੂਰੀ ਗੀਤਾਂ ਵਿੱਚ ਭਰਦਾ ਨੀ ਗੀਤਾਂ ਵਿੱਚ ਭਰਦਾ ਹੈ ਪੂਰੀ ਗੀਤਾਂ ਵਿੱਚ ਭਰਦਾ ਕਮਾਈ ਜਗਦੀ ਨੀ ਬਿੱਲੋ ਰਾਣੀ ਬੜੀ ਔਖੀ ਹੁੰਦੀ ਹੈ ਕਮਾਈ ਜਗਦੀ ਨੀ ਸੋਹਣੀਏ ਬੜੀ ਔਖੀ ਹੁੰਦੀ ਹੈ ਕਮਾਈ ਜਗਦੀ ਨੀ ਬਿੱਲੋ ਰਾਣੀਏ ਔਖੀ ਹੁੰਦੀ ਆ ਕਮਾਈ ਜਗਦੀ ਨੀ ਬਿੱਲੋ ਰਾਣੀਏ ਬੜੀ ਔਖੀ ਹੁੰਦੀ ਆ ਕਮਾਈ ਜਗਦੀ ਨੀ ਸੋਹਣੀਏ ਸਾਰਾ ਦਿਨ ਤੇਰਾ ਲੱਗਦਾ ਕੰਬੈਨ ਤੇ ਕਿ ਮੈਂ ਸੋਹਣੇ ਸਾਰਾ ਦਿਨ ਤੇਰਾ ਲੱਗਦਾ ਕੰਬੈਨ ਤੇ ਕਿ ਮੈਂ ਸੋਹਣੇ ਤਾਲੀਆਂ ਮਾਰਦੇ ਹੁਣ ਤਾਂ ਸਰਪੰਚ ਬਲਦੇਵ ਸਿੰਘ ਜੀ ਬਹੁਤ ਸਾਰਾ ਮਾਣ ਸਤਿਕਾਰ ਸਾਬਕਾ ਸਰਪੰਚ ਜੋਰਾ ਸਿੰਘ ਜੀ ਵਾਹ ਜੀ ਵਾਹ ਸਾਰਿਆਂ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ ਆਇਆ ਜੀ ਇਹ ਸਰਪੰਚ ਸਰਪੰਚਾਂ ਦੀ ਫਰਮਾਇਸ਼ ਵੀ ਸਰਪੰਚ ਵਾਲੇ ਗੀਤ ਦੀ ਹੈ ਲਾਉਂਦੇ ਲਾਉਂਦੇ ਕੋਈ ਗੱਲ ਨਹੀਂ ਉਹੀ ਲਾਉਂਦੇ ਹਾਂ ਆਉਂਦੀ ਚਾਹ ਲੋਟ ਨਾ ਤੇਰੀ ਰਹਿੰਦੀ ਸੁਰਤ ਪੌਂਦਲੀ ਮੇਰੀ ਕਿਉਂਕਿ ਸਰਪੰਚ ਬਣਨਾ ਬਾਈ ਬਾਹਲਾ ਔਖਾ ਜਦੋਂ ਇਲੈਕਸ਼ਨਾਂ ਹੁੰਦੀਆਂ ਨਾ ਕਈ ਵਾਰੀ ਮੇਰੇ ਵਰਗੇ ਬੰਦੇ ਨੂੰ ਲੋਕ ਪੰਪ ਪੁੰਪ ਦੇ ਕੇ ਖੜਾ ਦਿੰਦੇ ਆ ਵੀ ਸਰਪੰਚ ਬਣ ਜਾ ਹਨਾ ਕਿਉਂਕਿ ਅੱਜ ਕੱਲ੍ਹ ਪਹਿਲਾਂ ਵਾਲੀ ਗੱਲ ਨਹੀਂ ਰਹੀ ਘੱਟੋ ਘੱਟ 10-12 ਲੱਖ ਰੁਪਈਆ ਤਾਂ ਮਾਮੂਲੀ ਗੱਲ ਆ ਲੱਗ ਜਾਂਦਾ ਉਹ ਬਾਅਦ 'ਚ ਬੰਦੇ ਨੂੰ ਚੇਤਾ ਜਾਂਦਾ ਵੀ ਸਾਰਾ ਜਿਹੜੇ 4 ਪੈਸੇ ਜੇਲ੍ਹ 'ਚ ਸੀ ਉਹ ਵੀ ਗਏ ਸਰਪੰਚੀ ਵੀ ਨਹੀਂ ਮਿਲੀ ਹੈ ਘਰ ਵਾਲੀ ਬੰਦੇ ਨੂੰ ਕਹਿੰਦੀ ਆ ਵੀ ਸਰਪੰਚ ਬਣ ਜਾ ਸਰਪੰਚ ਬਣ ਜਾ ਉਹ ਰੋਜ਼ ਹੀ ਹੁਜਾਈਆਂ ਮਾਰਦੀ ਰਹਿੰਦੀ ਆ ਕਿਉਂਕਿ ਇੱਕ ਗਾਣਾ ਬਾਈ ਚੱਲਦਾ ਹੁੰਦਾ ਸੀ ਪੁਰਾਣਾ ਸਾਡੇ ਮਿੱਤਰ ਰਾਜ ਬਰਾੜ ਸਾਹਿਬ ਜਿਹੜੇ ਹੁਣ ਸਾਡੇ ਚ ਨਹੀਂ ਰਹੇ ਕਹਿੰਦੀ ਲੈ ਲਾ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਇਹੋ ਜਿਹੀਆਂ ਗੱਲਾਂ ਮਸ਼ਹੂਰ ਹੁੰਦੀਆਂ ਪਿੰਡਾਂ 'ਚ ਠੀਕ ਆ ਘਰ ਵਾਲੀ ਕਹਿੰਦੀ ਆ ਸਰਪੰਚ ਬਣ ਜਾ ਸਰਪੰਚ ਬਣ ਜਾ ਤੇ ਜਦੋਂ ਬੰਦਾ ਜ਼ੋਰ ਜ਼ੋਰ ਲਾ ਕੇ ਸਰਪੰਚ ਬਣ ਜਾਂਦਾ ਜਦੋਂ ਫਿਰ ਘਰ ਦੇ ਵਿੱਚ ਲੋਕਾਂ ਦਾ ਆਉਣ ਜਾਣ ਵੱਧਦਾ ਜਦੋਂ ਫਿਰ ਚਾਹ ਦਾ ਪਤੀਲਾ ਸਾਰਾ ਦਿਨ ਚੁੱਲ੍ਹੇ ਫਿਰ ਘਰ ਵਾਲੀ ਦੁਖੀ ਹੋ ਜਾਂਦੀ ਹੈ ਫਿਰ ਮੱਥੇ ਤੇ ਤਰੂੜੀਆਂ ਪੈ ਜਾਂਦੀਆਂ ਫਿਰ ਦੁਖੀ ਹੋ ਕੇ ਸਰਪੰਚ ਸਾਹਿਬ ਨੂੰ ਕੀ ਕਹਿੰਦੀ ਆ ਤੇ ਅੱਗੋਂ ਉਹ ਕੀ ਜਵਾਬ ਦਿੰਦਾ ਹਾਂਜੀ ਆਉਂਦੀ ਚਾਹ ਲੋਟ ਨਾ ਤੇਰੀ ਆਉਂਦੀ ਚਾਹ ਲੋਟ ਨਾ ਤੇਰੀ ਰਹਿੰਦੀ ਸੁਰਤ ਬੋਂਦਲੀ ਮੇਰੀ ਤੂੰ ਬਣਿਆ ਸਰਪੰਚ ਵੇ ਮੈਂ ਤਾਂ ਤੂੰ ਬਣਿਆ ਸਰਪੰਚ ਵੇ ਮੈਂ ਤਾਂ ਸੂੜੀ ਚੜ ਗਈ ਵੇ ਤੇਰੇ ਚਾਹ ਦੇ ਪਤੀਲੇ ਧੋਂਦੀ ਦੀ ਮਤ ਮੇਰੀ ਮਰ ਗਈ ਤੇਰੇ ਚਾਹ ਦੇ ਪਤੀਲੇ ਧੋਂਦੀ ਦੀ ਮਤ ਮੇਰੀ ਮਰ ਗਈ ਤੇਰੇ ਚਾਹ ਦੇ ਪਤੀਲੇ ਧੋਂਦੀ ਦੀ ਮਤ ਮੇਰੀ ਮਰ ਗਈ ਵੇ ਵੱਡਿਆਂ ਦੇ ਨਾਲ ਉੱਠਣਾ ਪੈਣਾ ਹੌਲੀ ਵੱਡਿਆਂ ਦੇ ਨਾਲ ਉੱਠਣਾ ਪੈਣਾ ਚਾਹ ਪਾਣੀ ਤੇ ਪੁੱਛਣਾ ਪੈਣਾ ਜੇ ਬਾਤ ਵੱਡਿਆਂ ਦੇ ਨਾਲ ਉੱਠਣਾ ਪੈਣਾ ਚਾਹ ਪਾਣੀ ਤੇ ਪੁੱਛਣਾ ਪੈਣਾ
ਮਾੜੇ ਮੋਟੇ ਕੰਮਾਂ ਤੋਂ ਨੀ, ਮਾੜੇ ਮੋਟੇ ਕੰਮਾਂ ਤੋਂ, ਮਾੜੇ ਮੋਟੇ ਕੰਮਾਂ ਤੋਂ ਕਾਹਤੋਂ ਘਬਰਾਵੇਂ। ਉਦੋਂ ਕਹਿੰਦੀ ਸੀ ਦਿਲ ਚਾਹੁੰਦਾ ਹੈ ਸਰਪੰਚ ਕਹਾਵੇ ਤੂੰ, ਚਾਹੁੰਦੀ ਸੀ ਦਿਲ, ਕਹਿੰਦੀ ਸੀ ਦਿਲ ਚਾਹੁੰਦਾ ਹੈ ਸਰਪੰਚ ਕਹਾਵੇ। ਉਹਦੀ ਚਾਹ ਲੋਟਣਾ ਤੇਰੀ, ਰਹਿੰਦੀ ਸੁਰਤ ਬੋਂਦਣੀ ਮੇਰੀ, ਤੂੰ ਬਣਿਆ ਸਰਪੰਚ ਵੇ ਮੈਂ, ਤੂੰ ਬਣਿਆ ਸਰਪੰਚ ਵੇ ਮੈਂ ਤਾਂ ਸੂਲੀ ਚੜ ਗਈ ਵੇ, ਤੇਰੇ ਚਾਹ ਦੇ ਪਤੀਲੇ ਤੋਂ ਦੀ ਦੀ ਮਤ ਮੇਰੀ ਮਰ ਗਈ, ਤੇਰੇ ਚਾਹ ਦੇ ਪਤੀਲੇ ਤੋਂ ਦੀ ਦੀ ਮਤ ਮੇਰੀ ਮਰ ਗਈ। ਬਹੁਤ ਸਾਰਾ ਆਸ਼ੀਰਵਾਦ ਮਾਤਾ ਜੀ ਵੱਲੋਂ ਆਇਆ, ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਵੱਡਿਆਂ ਦੇ ਨਾਲ ਉੱਠਣਾ ਪੈਣਾ, ਚਾਹ ਪਾਣੀ ਤੇ ਪੁੱਛਣਾ ਪੈਣਾ, ਵੱਡਿਆਂ ਦੇ ਨਾਲ ਉੱਠਣਾ ਪੈਣਾ, ਚਾਹ ਪਾਣੀ ਤੇ ਪੁੱਛਣਾ ਪੈਣਾ, ਮਾੜੇ ਮੋਟੇ ਕੰਮਾਂ ਤੋਂ ਨੀ, ਮਾੜੇ ਮੋਟੇ ਕੰਮਾਂ ਤੋਂ ਕਾਹਤੋਂ ਘਬਰਾਵੇ ਤੂੰ। ਉਦੋਂ ਕਹਿੰਦੀ ਸੀ ਸਰਪੰਚ ਬਣ ਜਾ, ਸਰਪੰਚ ਬਣ ਜਾ, ਹੈ ਹੁਣ ਚਾਰ ਪੰਜ ਕੱਪ ਚਾਹ ਦੇ ਬਣਾਉਣੇ ਪੈ ਜਾਂਦੇ ਆ ਤੇ ਨਾਲ ਦੀ ਨਾਲ ਹੀ ਮੱਥੇ ਉੱਤੇ ਤੂੜੀਆਂ ਪੈ ਜਾਂਦੀਆਂ। ਉਦੋਂ ਕਹਿੰਦੀ ਸੀ ਦਿਲ ਚਾਹੁੰਦਾ ਹੈ ਸਰਪੰਚ ਕਹਾਵੇ ਤੂੰ, ਕਹਿੰਦੀ ਸੀ ਦਿਲ ਚਾਹੁੰਦਾ ਹੈ ਸਰਪੰਚ ਕਹਾਵੇ। ਪੁਲਿਸ ਦੀਆਂ ਗੱਡੀਆਂ ਭਰ ਕੇ ਵੇ, ਤੂੰ ਬਿਨਾਂ ਦੱਸੇ ਤੁਰ ਜਾਣਾ ਏ ਉਹਨਾਂ ਨਾਲ ਚੜ ਕੇ ਵੇ, ਤੂੰ ਬਿਨਾਂ ਦੱਸੇ ਤੁਰ ਜਾਣਾ ਏ ਉਹਨਾਂ ਨਾਲ ਚੜ ਕੇ ਵੇ, ਮੇਰੀ ਸੋਚ ਜਿੰਦੜਿਆ ਦੁੱਖਾਂ ਦੇ ਵਿੱਚ ਹੜ ਗਈ ਵੇ, ਤੇਰੇ ਚਾਹ ਦੇ ਪਤੀਲੇ ਤੋਂ ਦੀ ਦੀ ਮਤ ਮੇਰੀ ਮਰ ਗਈ, ਤੇਰੇ ਚਾਹ ਦੇ ਪਤੀਲੇ ਤੋਂ ਦੀ ਦੀ ਮਤ ਮੇਰੀ ਮਰ ਗਈ ਵੇ। ਸਭ ਦੇ ਦੁੱਖ ਸੁੱਖ ਵੰਡਾਉਣੇ ਨੀ, ਮੇਰਾ ਬਣ ਗਿਆ ਫਰਜ਼ ਗੁਲੇ, ਹੁਣ ਸਾਰੇ ਨਗਰ ਖੇੜੇ ਦਾ ਹਰੇ ਭਰੋਵਾਲ ਪਿੰਡ ਦਾ ਆਪਣੇ ਤੇ ਕਰਜ਼ ਗੁਲੇ, ਸਭ ਦੇ ਦੁੱਖ ਸੁੱਖ ਵੰਡਾਉਣੇ ਨੀ, ਮੇਰਾ ਬਣ ਗਿਆ ਫਰਜ਼ ਗੁਲੇ, ਸਾਰੇ ਨਗਰ ਖੇੜੇ ਦਾ ਆਪਣੇ ਤੇ ਕਰਜ਼ ਕੁੜੀ, ਐਵੇਂ ਮਾਰ ਕਮਲੀਆਂ ਗੱਲਾਂ ਨੀ, ਐਵੇਂ ਮਾਰ ਕਮਲੀਆਂ ਗੱਲਾਂ, ਮਾਰ ਕਮਲੀਆਂ ਗੱਲਾਂ ਨੀ ਜਿੱਤੇ ਨੂੰ ਹਰਾਵੇ। ਅੱਜ ਕੱਲ੍ਹ ਨਾ ਮਜ਼ਾ ਜਿਹਾ ਨਾ ਖਰਾਬ ਕਰ, ਮਸਾਂ ਦਾ ਮਤਾ ਮੁਸ਼ਕ ਖੜ ਕੇ ਕਹਿੰਦਾ ਵੀ ਸਰਪੰਚ ਬਣੇ, ਹੈਂ ਨਾਲੇ ਉਦੋਂ ਕਹਿੰਦੀ ਹੁੰਦੀ ਸੀਗੀ ਵੀ ਗੱਡੀ ਦੇ ਪਿੱਛੇ ਲਿਖਾਵਾਂਗੇ ਸਰਪੰਚ, ਇਹਨੇ ਵੀ ਸਰਪੰਚ ਨੀ ਲਿਖਾਉਣਾ ਨਾ, ਆਪ ਵੀ ਲਿਖਾ ਲਿਆ ਐਕਟਿਵਾ, ਐਕਟਿਵਾ ਦੇ ਉੱਤੇ ਸਰਪੰਚ ਨੀ ਹੈ। ਉਦੋਂ ਕਹਿੰਦੀ ਸੀ ਦਿਲ ਚਾਹੁੰਦਾ ਹੈ ਸਰਪੰਚ ਕਹਾਵੇ, ਕਹਿੰਦੀ ਸੀ ਦਿਲ ਚਾਹੁੰਦਾ ਹੈ ਸਰਪੰਚ ਕਹਾਵੇ। ਹੋ 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 ਵਾਂਗੂ ਖਿਆਲ ਮੇਰਾ ਤੂੰ ਛੱਡਤਾ ਰੱਖਣਾ ਵੇ, ਤੂੰ ਭੁੱਲ ਗਿਆ ਏ ਪਿਆਰ ਨਾਲ ਮੇਰੇ ਬਲ ਤੱਕਣਾ ਵੇ, ਭੁੱਲ ਗਿਆ ਏ ਪਿਆਰ ਨਾਲ ਮੇਰੇ ਬਲ ਤੱਕਣਾ ਵੇ, ਸਾਡੇ ਦੋਹਾਂ ਦੇ ਵਿੱਚ ਆ ਕੇ ਸਰਪੰਚੀ ਖੜ ਗਈ ਵੇ, ਤੇਰੇ
ਚਾਂਜ ਪਤੀਲੇ ਧੋਂਦੀ ਦੀ ਮਤ ਮੇਰੀ ਮਰ ਗਈ ਤੇਰੇ ਚਾਂਜ ਪਤੀਲੇ ਧੋਂਦੀ ਦੀ ਮਤ ਮੇਰੀ ਮਰ ਗਈ ਤੇਰੇ ਚਾਂਜ ਪਤੀਲੇ ਧੋਂਦੀ ਦੀ ਮਤ ਮੇਰੀ ਮਰ ਗਈ ਤੋਂ ਮਿਲਦੀ ਆ ਸਾਨੂੰ ਫੁੱਲ ਸਪੋਰਟ ਕੁੜੀ ਤਾਂ ਹੀ ਮੀਂਹ ਦੇ ਵਾਂਗੂ ਵਰਦੀ ਆ ਜਾਵੇ ਉਤਰ ਸਕੇ ਮਾਂ ਜਾਵੇ ਪਿਆਰ ਨਾਲ ਜਦੋਂ ਬਲਾਵੇ ਉਹ ਬੰਦਾ ਬਾਈ ਥੱਕਿਆ ਟੁੱਟਿਆ ਘਰੇ ਆਉਂਦਾ ਹੈ ਉਹ ਕਦੇ ਤਹਿਸੀਲ ਕਦੇ ਕਚਹਿਰੀ ਕੀ ਗੱਲ ਹੈ ਤੈਨੂੰ ਫਿਰ ਬਹਿ ਜਾ ਆਰਾਮ ਨਾਲ ਬਣਾਵਾਂ ਸਰਪੰਚ ਕਿਆ ਬਾਤ ਮੈਂ ਤਾਂ ਪਹਿਲਾਂ ਹੀ ਉਹੀ ਗੱਲ ਕਰੀ ਜਾਂਦਾ ਬੰਦਾ ਠੱਕਿਆ ਟੁੱਟਿਆ ਘਰੇ ਆਉਂਦਾ ਪਿਆਰ ਨਾਲ ਗੱਲ ਕਰੀਦੀ ਹੁੰਦੀ ਹੈ ਹਾਂ ਉਦੋਂ ਕਹਿੰਦੀ ਸੀ ਦਿਲ ਚਾਹੁੰਦਾ ਹੋਏ ਸਰਪੰਚ ਕਹਾਵੇ ਕਹਿੰਦੀ ਸੀ ਦਿਲ ਚਾਹੁੰਦਾ ਹੈ ਸਰਪੰਚ ਕਹਾਵੇ ਤੂੰ ਕਹਿੰਦੀ ਸੀ ਦਿਲ ਚਾਹੁੰਦਾ ਹੈ ਸਰਪੰਚ ਕਹਾਵੇ ਉਦੋਂ ਕਹਿੰਦੀ ਸੀ ਦਿਲ ਚਾਹੁੰਦਾ ਏ ਸਰਪੰਚ ਕਹਾਵੇ ਥੈਂਕ ਯੂ ਜੀ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਇੱਕ ਵਾਰੀ ਫੇਰ ਬਹੁਤ ਬਹੁਤ ਮੁਬਾਰਕਾਂ ਸਾਡਾ ਵੱਡਾ ਭਰਾ ਜਗਮੋਹਨ ਸੰਧੂ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਕਿਉਂਕਿ ਉਹਨਾਂ ਦੀ ਪ੍ਰਸ਼ੰਸਾ ਕਰਨ ਵਾਸਤੇ ਸਾਡੇ ਲੋਕਾਂ ਕੋਲ ਸ਼ਬਦ ਨਹੀਂ ਹੈਗੇ ਕੋਈ ਬਹੁਤ ਵੱਡੇ ਲੋਕ ਤਾਂ ਕੋਈ ਸ਼ਬਦ ਵਰਤ ਸਕਦੇ ਹੋਣਗੇ ਕਿਉਂਕਿ ਜਿਵੇਂ ਮੈਂ ਸਮੁੰਦਰ ਹੀ ਕਹਿਤਾ ਵੀ ਸ਼ਬਦਾਂ ਦਾ ਸਮੁੰਦਰ ਉਹ ਲੋਕ ਗਾਇਕੀ ਦਾ ਸਮੁੰਦਰ ਦਿਦਾਰ ਸੰਧੂ ਉਹਦੇ ਨਾਂ ਤੇ ਮੇਲਾ ਹੋਵੇ ਬਾਈ ਇੱਕ ਵਾਰੀ ਜ਼ੋਰਦਾਰ ਤਾੜੀ ਹੋ ਜਾਏ ਥੈਂਕ ਯੂ ਸ਼ੁਕਰੀਆ ਕੀ ਬੋਲਣ ਹੈਲੋ ਬਾਜੀ ਹਰਮਲਪ ਗਿੱਲ ਆ ਜਾ ਵੀਰੇ ਜੱਸੇ